Sabir yere, hadi hadi hadi.
बोल ले यार। Yeah।
ਸਿੰਘ ਬਣਾਏ ਤੋਂ ਵੀ ਤੇ ਹੁਣ ਇਹ ਸੈਕਟਰੀ ਆ ਸੰਤ ਬਲਾ ਸਿੰਘ ਜੀ ਕਰਨਗੇ ਕੋਈ ਵੀ ਹੋਰ ਵਿੱਚ ਜਿਹੜਾ ਇਨਸਾਨ ਆ ਕੇ ਅਗਰ ਉਸਨੇ ਕੋਈ ਵੀ ਸਿੰਘ ਨੂੰ ਭੰਗ ਕਰਨ ਲਈ ਕੋਸ਼ਿਸ਼ ਕੀਤੀ ਤੇ ਬਹੁਤੇ ਸਮਾਜ ਦਾ ਰੋਹ ਰੋਟ ਜਵਾਬ ਦੇਗਾ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਬੇਨਤੀ ਹੋਵੋ ਜਿਹੜਾ ਸਵੇਰ ਦਾ ਪ੍ਰੋਗਰਾਮ ਹੈ ਪਹਿਲਾਂ ਸਾਰਿਆਂ ਨੂੰ ਬਿਲਕੁਲ ਚੰਗੀ ਤਰ੍ਹਾਂ ਲਗਾਉਣਾ ਚਾਹੀਦਾ ਸੀ ਆਪਾਂ ਆਪਣਾ ਪ੍ਰਬੰਧ ਸੋ ਜਿਹੜੇ ਸਾਡੇ ਬੁਲਾਰੇ ਇੱਥੇ ਪਹੁੰਚੇ ਹੈ ਸਾਰਿਆਂ ਨੂੰ ਸਮਾਂ ਦਿੱਤਾ ਜਾਵੇਗਾ ਸਾਰੇ ਬੁਲਾਰੇ ਬੇਨਤੀ ਹੈ ਕਿ ਇੱਕ ਮਿੰਟ ਤੋਂ ਬਾਅਦ ਜ਼ਿਆਦਾ ਨਹੀਂ ਬੋਲਣਾ ਕੁਛ ਜਿਹੜੀ ਸੰਗਤ ਰੋਜ਼ ਮਾਰਚ ਵਿੱਚ ਆ ਰਹੀ ਹੈ ਉਹਨਾਂ ਨੂੰ ਆਪਾਂ ਜੀ ਆਇਆ ਬਾਕੀ ਯਾਰ ਬੰਦੇ ਸਾਰੇ ਥੱਲੇ ਉਧਰ ਬਾਕੀ ਬੰਦੇ ਸਾਰੇ ਫੁੱਲ ਜਮਾ ਖੜੇ ਕੈਮਰਾ ਖੜੇ ਦੇਖੋ ਬੰਦ ਤੁਹਾਡੀ ਆਪਣੇ ਸਮਾਜ ਨੂੰ ਦੇਖੋ ਕਮੀ ਹੈ ਪਹਿਲਾਂ ਤਾਂ ਸਾਡਾ ਏਕਾ ਨਹੀਂ ਹੁੰਦਾ ਜੇ ਏਕਾ ਹੋ ਜਾਂਦਾ ਫਿਰ ਅਸੀਂ ਏਦਾਂ ਦੇਖੋ ਅਸੀਂ ਕੋਈ ਚੰਗੀ ਤਰ੍ਹਾਂ ਗੱਲ ਨਹੀਂ ਕਰਦੇ ਨਾ ਕਿਸੇ ਨੂੰ ਕਰ ਦਿੰਦੇ ਆ ਧੰਨ ਸ਼੍ਰੀ ਗੁਰੂ ਰਾਮ ਜੀ ਮਹਾਰਾਜ ਜਿਹਨਾਂ ਦਾ ਬਾਦਸ਼ਾਹ ਸਿਕੰਦਰ ਲੋਧੀ ਦੇ ਨਾਲ ਤਿੰਨ ਵਾਰ ਆਮਣਾ ਸਾਹਮਣਾ ਹੋਇਆ ਕੱਚੀ ਧਾਰ ਜਾਂ ਕੱਚਾ ਡੋਗਾ ਕੱਚਾ ਸਰੋਵਰ ਆਪਾਂ ਕਹਿ ਲਈਏ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਆਏ ਉੱਥੇ ਸਤਿਗੁਰਾਂ ਨੇ ਇਸ਼ਨਾਨ ਕੀਤਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ਼ਨਾਨ ਕੀਤਾ ਜਿਹੜੇ ਮਨੁਵਾਦੀ ਲੋਕ ਸੋਚਦੇ ਧਾਰਮਿਕ ਸਨ ਗੁਰੂ ਸਾਹਿਬ ਜੀ ਦੀ ਸੋਚ ਉਲਟ ਚੱਲਦੇ ਸਨ ਉਹ ਕਹਿੰਦੇ ਇੱਥੇ ਇਸ਼ਨਾਨ ਨਾ ਕਰਿਓ ਨਹਾਇਓ ਨਾ ਕਿਉਂ ਕਿਉਂਕਿ ਕਹਿੰਦੇ ਇੱਥੇ ਇੱਕ ਚਮਾਰ ਨੇ ਇਸ਼ਨਾਨ ਕੀਤਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਚਮਾਰ ਵਾਲਾ ਜੋਹਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਂ ਕਰਕੇ ਕਿਹਾ ਜਾਂਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉੱਥੇ ਇਸ਼ਨਾਨ ਕੀਤਾ ਬਾਦਸ਼ਾਹ ਸਿਕੰਦਰ ਲੋਧੀ ਦੇ ਨਾਲ ਆਪਣਾ ਸਾਹਮਣਾ ਹੋਇਆ ਬਾਦਸ਼ਾਹ ਸਿਕੰਦਰ ਲੋਧੀ ਜਿੱਥੇ ਹੁਣ ਕੋਟ ਦਾ ਬਾਹਰ ਗੁਰੂ ਘਰ ਢਾਇਆ ਗਿਆ ਉੱਥੇ ਪਹੁੰਚਿਆ ਬਾਦਸ਼ਾਹ ਸਿਕੰਦਰ ਲੋਧੀ ਨੂੰ ਚਮੜੀ ਦਾ ਰੋਗ ਹੋਇਆ ਸੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਤਨ ਦਾ ਜਿਹੜਾ ਰੋਗ ਹੈ ਦੂਰ ਕਰ ਦਿਓ ਸਤਿਗੁਰੂ ਜੀ ਕਹਿੰਦੇ ਜਿੱਥੇ ਅਸੀਂ ਇਸ਼ਨਾਨ ਕੀਤਾ ਉੱਥੇ ਤੂੰ ਵੀ ਇਸ਼ਨਾਨ ਕਰਨਾ ਤੇਰਾ ਵੀ ਭਲਾ ਹੋ ਜਾਏਗਾ ਲੋਕੀ ਕਹਿੰਦੇ ਸਾਡੇ ਚਮਾਰ ਵਾਲਾ ਜੋੜ ਹੈ ਇੱਥੇ ਇਸ਼ਨਾਨ ਨਾ ਕਰਿਓ ਤੁਸੀਂ ਡੱਗੇ ਜਾਓਗੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜਿਹੜਾ ਇੱਥੇ ਇਸ਼ਨਾਨ ਕਰ ਜਾਊਗਾ
ਮਹਾਂਪੁਰਸ਼ਾਂ ਨੂੰ ਬੇਨਤੀ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਤਸ਼ਾਹ ਸਿਕੰਦਰ ਲੋਧੀ ਲਿਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਮਹਾਰਾਜ ਜੀ ਚਰਨ ਸੋਨੇ ਦੀ ਪ੍ਰਾਪਤ ਵਿੱਚ ਧੋ ਕੇ ਬੀਤੇ ਦੇਖੋ ਜੀ ਬੇਨਤੀ ਹੈ ਜਿਹੜੇ ਸੱਤ ਮਹਾਂਪੁਰਸ਼ ਹੈ ਉਹਨਾਂ ਨੇ ਜੋ ਵੀ ਵਿਚਾਰ ਕਰਨੇ ਨੇ ਇੱਥੇ ਆ ਕੇ ਬੋਲ ਸਕਦੇ ਹੈ ਬਾਕੀ ਜਿਹੜੇ ਹੋਰ ਪਾਰਟੀ ਇੱਥੇ ਨੁਮਾਇੰਦੇ ਆਏ ਨੇ ਉਹਨਾਂ ਨੇ ਰੇਖਾ ਕਰਕੇ ਉਹਨਾਂ ਦਾ ਬੋਲਣਾ ਹੈ ਸਵਾਲ ਜੀ ਇਹ ਸਟੇਜ ਦੀ ਸੇਵਾ ਸਾਡੇ ਪ੍ਰਬੰਧਕ ਵੀ ਸਫਰ ਨੇ ਜੈ ਬੰਦੇ ਧੰਨਵਾਦ ਸਾਡੀ ਸਹਿਲ ਹੈ ਬੇਨਤੀ ਕਰਦਾ ਕਿ ਬਿਲਕੁਲ ਮੈਂ ਸੋਚਿਆ ਕਾਫੀ ਸਮੇਂ ਤੋਂ ਕੰਮ ਕਰਦੇ ਨੂੰ ਹੋ ਗਿਆ ਮੈਂ ਬੇਨਤੀ ਕਰਦਾ ਕਿ ਉਹ ਨੌਕਰਵਾਈ ਸਮਾਂ ਦਿੱਤਾ ਜਾਵੇਗਾ ਔਰ ਕੋਈ ਇਤਰਾਜ਼ ਨਾ ਕਰੇ ਮੈਂ ਸਭ ਸਾਥੀਓ ਕੋ ਬੇਨਤੀ ਕਰਦਾ ਹਾਂ ਬੁਲਾਰਾਂ ਕੋ ਵੀ ਔਰ ਸਾਥੀਓ ਕੋ ਮੈਂ ਇਹ ਬੇਨਤੀ ਕਰਦਾ ਹਾਂ ਕਿ ਆਪ ਸੁਣੇ ਕੇ ਬੀਚ ਰਹੇ ਕੇ ਬਾਤ ਕਰੇ ਔਰ ਹਮੇ ਕਿਸੀ ਕੀ ਕਹਾਣੀਆਂ ਨਹੀਂ ਸੁਣੀ ਹਮ ਕੋਈ ਸਮੁੱਚੇ ਬੱਚੀ ਬਾਤ ਕੇ ਆਈਏ ਹਮੇ ਕਿਸੀ ਸੇ ਕੋਈ ਇਤਰਾਜ਼ ਨਹੀਂ ਹੈ ਹਮਕੋ ਮੁਦੇ ਕੀ ਬਾਤ ਚਾਹੀਏ ਜੋ ਮੁਦੇ ਕੀ ਬਾਤ ਨਹੀਂ ਕਰੇਗਾ ਤੋ ਹਮ ਉਸੇ ਬੋਲਣਾ ਬੰਦ ਕਰ ਲੇਂਗੇ ਇਹ ਮੁਸ਼ਕਿਲ ਹੋ ਜਾਏਗਾ ਹਮ ਬੇਨਤੀ ਕਰਦੇ ਹੈ ਰਣਜੀਤ ਸਿੰਘ ਜੀ ਸਿੱਖ ਜਥੇਬੰਦੀ ਵੱਲੋਂ ਹਮ ਰਣਜੀਤ ਸਿੰਘ ਤੋਂ ਬੇਨਤੀ ਕਰਦੇ ਹੈ ਕਿ ਉਹ 2 ਮਿੰਟ ਕੇ ਲਈ ਆਪਣੇ ਵਿਚਾਰ ਰੱਖਣਗੇ ਰਣਜੀਤ ਸਿੰਘ ਜੀ ਦਿੱਲੀ ਦੇ ਵਿੱਚ ਇੱਕ ਰੋਸ ਲੈ ਕੇ ਆਏ ਆ ਤੇ ਇਕੱਠੇ ਹੋਣ ਵਾਸਤੇ ਪਿਛਲੇ ਦਿਨੀ ਭਗਤ ਰਵਿਦਾਸ ਉਹਨਾਂ ਮਹਾਂਪੁਰਖਾਂ ਦਾ ਸਥਾਨ ਜੋ 500 ਪੁਰਾਣਾ ਪਵਿੱਤਰ ਸਥਾਨ ਨੂੰ ਮੋਦੀ ਸਰਕਾਰ ਨੇ ਢਹਿ ਢੇਰੀ ਕਰ ਦਿੱਤਾ ਤੇ ਉਹ ਮੰਦਰ ਸਾਥੀਓ ਅੱਜ ਇਹ ਮੌਕਾ ਆਇਆ ਹੈ ਇੱਕ ਇਤਿਹਾਸਿਕ ਪ੍ਰਾਚੀਨ ਮੰਦਿਰ ਜੋ ਥਾ ਹਮਾਰਾ ਹਮਾਰੇ ਗੁਰੂ ਰਹਿਬਰ ਕਾ ਜੋ ਘਰ ਥਾ ਇਸ ਸਰਕਾਰ ਦੇ ਸੁਪਰੀਮ ਕੋਰਟ ਕੇ ਤੁਗਲਕੀ ਫਰਮਾਨ ਪਰ ਹਮਾਰਾ ਘਰ ਤੋੜ ਦਿਆ ਹਮਾਰੇ ਰਹਿਬਰ ਹੀ ਹਮਾਰੇ ਲਈ ਸਭ ਕੁਛ ਹੈ ਇਹਨੋਨੇ ਆਜ ਤੱਕ ਹਮੇ ਦਿਆ ਕਿਆ ਹੈ ਇਨ ਸਰਕਾਰੋ ਨੇ ਇਨ ਮਨੋਵਾਦੀਓ ਨੇ ਹਮੇ ਹਮੇਸ਼ਾ ਅਤਿਆਚਾਰ ਦੀਏ ਹੈ ਸ਼ੋਸ਼ਣ ਦੀਏ ਹੈ ਆਜ ਤੱਕ ਹਮ ਸ਼ੋਸ਼ਣ ਕਹਤੇ ਆਏ ਅਤਿਆਚਾਰ ਕਹਤੇ ਆਏ ਲੇਕਿਨ ਆਜ ਨਿਸ਼ਾਨਾ ਬਣਾਇਆ ਜਾ ਰਹਾ ਹੈ ਹਮਾਰੇ ਮਹਾਂਪੁਰਸ਼ੋ ਕੀ ਵਿਰਾਸਤ ਕੋ ਆਜ ਨਿਸ਼ਾਨਾ ਬਣਾਇਆ ਜਾ ਰਹਾ ਹੈ ਹਮਾਰੇ ਗੁਰੂਓ ਕੋ ਹਮਾਰੇ ਮਹਾਂਪੁਰਸ਼ੋ ਕੋ ਹਮ ਕਭੀ ਖਾਮੋਸ਼ ਨਹੀਂ ਰਹਿ ਸਕਤੇ ਆਪਕੋ ਪੂਰੇ ਅਨੁਸ਼ਾਸਨ ਕੇ ਸਾਥ ਪੂਰੀ ਮਿਹਨਤ ਕੇ ਸਾਥ ਆਜ ਇਹ ਨਿਰਣੈ ਕਰਕੇ ਘਰ ਜਾਣਾ ਹੋਗਾ ਕਿ ਇਹ ਸਰਕਾਰ ਹਮਾਰੇ ਗੁਰੂ ਜੀ ਕਾ ਘਰ ਬਣਾ ਦੇ ਵਰਨਾ ਫਿਰ ਜੋ ਹੈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਹਮੇ ਜੋ ਸਿਖਾਇਆ ਹਮਾਰੇ ਕ੍ਰਾਂਤੀਕਾਰੀਓ ਨੇ ਜੋ ਹਮੇ ਸਿਖਾਇਆ ਹਮੇ ਫਿਰ ਈਦ ਕਾ ਜਵਾਬ ਪੱਥਰ ਸੇ ਦੇਣਾ ਹੋਗਾ ਸਾਥੀਓ ਇਹ ਬੜਾ ਦੁੱਖ ਕਾ ਵਿਸ਼ਾ ਹੈ
मौके पर आपके पास आएंगे बहुत सारे राजनेता, बहुत सारी पार्टियों के लोग। मेरे साथियों, आज की तारीख में आपका राजनीतिक दल भी जो गुरु रविदास जी, आज की तारीख में आपका संगठन गुरुदेव है। आप अपने गुरुदेव के अलावा और अपने संतों के अलावा किसी की भी ना सुनना। मेरे साथियों, जो डिसाइड करेंगे हमारे संत समाज के लोग, जो डिसीजन लेंगे आप सभी लोग मिलकर के, आदेश कर देना सरकार को झुका देंगे, क्योंकि हम चेहरे वाले हैं। साथियों, इसी के साथ मैं आपसे कहूंगा कि सर भरोसे की तमन्ना अब हमारे दिल में है। सर भरोसे की तमन्ना अब हमारे दिल में है, और देखना है जोर कितना बाजुए का दिल में है। बहुत बहुत धन्यवाद। और हमारे हौला मी ब्रो, आगे परमेश जी का, आगे जी यार, अंकल जी नमस्ते, आप भी आ रहे थे ये? दिल्ली अधर उठा देंगे।